ਫਾਰਸ ਪੰਜਾਬ ਦੇ ਮੁਖੀ ਬਣ ਕੇ ਉਭਰੇ ਅਮਰਿਤਪਾਲ ਸਿੰਘ ਨੇ ਇੱਕ ਨਵਾਂ ਬਿਆਨ ਦਿੱਤਾ ਆ ਕਿ ਪ੍ਰਭੂ ਯਿਸੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੇ ਕਿਸੇ ਨੂੰ ਕੀ ਬਚਾਏਗਾ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਪੰਜਾਬ ਸਰਕਾਰ ਜਲਦੀ ਇਦਾਂ ਦੀ ਬੋਲਬਾਨੀ ਨੂੰ ਤੇ ਚੁੱਪੀ ਲਾਵੇ ਨਹੀਂ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਇਦਾਂ ਦੇ ਕੱਟੜਪੰਥੀ ਲੋਕਾਂ ਦਾ ਬਹੁਤ ਵੱਡਾ ਹੱਥ ਹੋਏਗਾ ਇਹ ਚੰਦੇ ਆ ਕਿ ਪੰਜਾਬ ਦੇ ਵਿੱਚ ਸੰਪਰਦਾਇਕ ਦੰਗੇ ਹੋਣ ਪਿਛਲੇ ਲੰਬੇ ਸਮੇਂ ਤੋਂ ਬੜੇ ਵਿਵਾਦਿਤ ਬਿਆਨ ਉਹਨਾਂ ਨੇ ਦਿੱਤੇ ਨੇ ਪਰ ਹੁਣ ਉਹਨਾਂ ਨੇ ਸਿੱਧਾ-ਸਿੱਧਾ ਹੀ ਸਾਡੇ ਧਰਮਗੁਰੂ ਪ੍ਰਭੂ ਯਸ਼ਮਸੀ ਜੀ ਤੇ ਅਟੈਕ ਕੀਤਾ ਏ ਸੋ ਹੁਣ ਅਸੀਂ ਚੁੱਪ ਰਹਿਣ ਵਾਲੇ ਨਹੀਂ ਆ 17 ਤਰੀਕ ਨੂੰ ਜਿਹੜਾ ਜਲੰਧਰ ਦੇ ਵਿੱਚ ਪੀਏਪ ਚੌਂਕ ਜਿਹੜਾ ਨੈਸ਼ਨਲ ਹਾਈਵੇਅ ਅਸੀਂ ਜਾਮ ਕਰਕੇ ਪ੍ਰੋਟੈਸਟ ਕਰਾਂਗੇ ਲੇ ਸੋ ਪਾਵੇ ਮੁਕਤੀ ਫਤਿਹਪਾਕ ਸਲੀਬ ਦੀ ਅੱਜ ਦੀ ਪ੍ਰੈਸ ਕਾਨਫਰੰਸ ਇਸ ਲਈ ਕੀਤੀ ਗਈ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਬਹੁਤ ਹੀ ਤਣਾਅਪੂਰਨ ਮਾਹੌਲ ਚੱਲਦਾ ਪਿਆ ਆ ਤੇ ਪੰਜਾਬ ਦੇ ਇਸਾਈ ਭਾਈਚਾਰੇ ਦੇ ਵਿੱਚ ਬਹੁਤ ਹੀ ਰੋਸ਼ ਹੈ ਉਸ ਗੱਲ ਦਾ ਕਿਉਂਕਿ ਜਦ ਦੀ ਪੰਜਾਬ ਸਰਕਾਰ ਬਦਲੀ ਹੈ ਉਦੋਂ ਦੇ ਹੀ ਇਹ ਕੰਮ ਨਫ਼ਰਤ ਦੇ ਪੰਪਣੇ ਸ਼ੁਰੂ ਹੋ ਗਏ ਨੇ ਪਿੱਛੇ ਕਾਫੀ ਸਾਡੇ ਸਿੱਖ ਪ੍ਰਚਾਰਕ ਨੇ ਜਿਹੜੇ ਆਪਣੇ ਆਪ ਨੂੰ ਕੱਟੜ ਪੰਤੀ ਕਹਿੰਦੇ ਨੇ ਉਹ ਸਾਈ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਤੇ ਹੁਣ ਨਵੇਂ ਵਾਰਸ ਪੰਜਾਬ ਦੇ ਮੁਖੀ ਬਣ ਕੇ ਉਭਰੇ ਅਮਰਿਤਪਾਲ ਸਿੰਘ ਨੇ ਇੱਕ ਨਵਾਂ ਬਿਆਨ ਦਿੱਤਾ ਆ ਕਿ ਪ੍ਰਭੂ ਯਿਸੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੇ ਕਿਸੇ ਨੂੰ ਕੀ ਬਚਾਏਗਾ ਉਹਨੂੰ ਮੈਂ ਦੱਸ ਦੇਣਾ ਚਾਹਨਾ ਕਿ ਪ੍ਰਭੂ ਯਿਸੂ ਮਸੀਹ ਦੀ ਅੱਧੀ ਗੱਲ ਸੁਣ ਕੇ ਕਦੀ ਵੀ ਵਿਚਾਰਧਾਰਾ ਪ੍ਰਗਟ ਨਹੀਂ ਕਰੀਦੀ ਪਰਬੂ ਯਿਸੂ ਮਸੀਹ ਆਪਣੇ ਜੀਂਦੇ ਜੀ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਮਰਨਾ ਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀਉਣਾ ਜਿਹਦਾ ਇਤਿਹਾਸ ਗਵਾਹ ਆ ਤੇ ਸਾਰੀ ਦੁਨੀਆ ਗਵਾਹ ਆ ਕਿ ਪ੍ਰਭੂ ਯਿਸੂ ਮਸੀਹ ਮਾਰੇ ਗਏ ਦਫਨਾਏ ਗਏ ਤੇ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਜੀਉ اٹھے ਤੇ 40 ਦਿਨ ਉਸ ਧਰਤੀ ਦੇ ਉੱਤੇ ਰਹੇ ਤੇ 500 ਵੱਧ 500 ਤੋਂ ਵੱਧ ਵਿਅਕਤੀਆਂ ਨੂੰ ਮਿਲੇ ਜਿਹਦਾ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ ਬਾਕੀ ਇਹ ਕੋਈ ਗੋਰਿਆਂ ਦਾ ਧਰਮ ਨਹੀਂ ਆ 52 ਸਵੀ ਕੱਲੀ 52 ਸਵੀ ਦੇ ਵਿੱਚ ਜਿਹੜੇ ਜੀਸਸ ਦੇ 12 ਚੇਲੇ ਸੀ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਚੇਲਾ ਸੈਂਟ ਥੋਮਸ ਜਿਹਨੂੰ ਅਸੀਂ ਕਹਿੰਨੇ ਆ ਉਹ ਕੇਰਲਾ ਦੇ ਵਿੱਚ ਆ ਕੇ ਵਸੇ ਤੇ ਉਹਨਾਂ ਨੇ ਉੱਥੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਹੀ ਦੁਨੀਆ ਦੇ ਵਿੱਚ ਪ੍ਰਭੂ ਯੀਸੂ ਮਸੀਹ ਦਾ ਪ੍ਰਚਾਰ ਫੈਲਦਾ ਗਿਆ ਤੇ ਜੇ ਅਸੀਂ ਕੁਰਬਾਨੀਆਂ ਦੀ ਗੱਲ ਕਰੀਏ ਸਾਡੇ ਭਾਈਚਾਰੇ ਨੂੰ ਅਸੀਂ ਸਿੱਖ ਭਾਈਚਾਰੇ ਨੂੰ ਪਿਆਰ ਕਰਦੇ ਆ ਮੇਰੇ ਇਸ ਗੱਲ ਕਰਦੇ ਕਰਦੇ ਸਮੇਂ ਵੀ ਸਾਡੇ ਧਾਰਮਿਕ ਲੋਕ ਦੋ ਤੋਂ ਤਿੰਨ ਹੁਣ ਤਾਂ ਹੀ ਆਪਣੇ ਧਰਮ ਦੇ ਲਈ ਸ਼ਹੀਦ ਹੋ ਚੁੱਕੇ ਹੋਣਗੇ ਆ ਸਾਡੇ ਗੱਲਬਾਤ ਬਾਈਟ ਕਰਨ ਦੇ ਦਰਮਿਆਨ ਜਿੰਨੀ ਇਹ ਗੱਲ ਸਾਡੇ ਭਰਾ ਨੇ ਕਹੀ ਹੈ ਉਹ ਬਹੁਤ ਨਿੰਦਨਯੋਗ ਹੈ ਮੈਂ ਪੰਜਾਬ ਸਰਕਾਰ ਤੋਂ ਤੇ ਪੰਜਾਬ ਪੁਲਿਸ ਤੋਂ ਮੰਗ ਕਰਦਾ ਕਿ ਪਿਛਲੇ ਦਿਨੀ ਅਸੀਂ ਪੰਜਾਬ ਪੁਲਿਸ ਦੇ ਕਹਿਨ ਤੇ ਤੇ ਪੰਜਾਬ ਸਰਕਾਰ ਦੇ ਕਹਿਨ ਤੇ ਬੰਦ ਵਾਪਸ ਲਿਆ ਸੀ ਪਰ ਇਹ ਉਹਨਾਂ ਤੇ ਨਕਾਮ ਨਹੀਂ ਪਾ ਸਕੇ ਲਗਾਮ ਨਹੀਂ ਪਾ ਸਕੇ ਅੱਜ ਮੈਂ ਆਪਣੇ ਇਸ ਬਿਆਨ ਦੇ ਰਾਹੀਂ ਪੰਜਾਬ ਸਰਕਾਰ ਤੋਂ ਦੁਬਾਰਾ ਮੰਗ ਕਰਦਾ ਤੇ ਇਹਨਾਂ ਨੂੰ ਮੈਂ ਅਮਰਿਤਪਾਲ ਜੀ ਨੂੰ ਦੱਸਣਾ ਚਾਹਨਾ ਵੀ ਜਿੰਨੀ ਗਿਣਤੀ ਦੇ ਵਿੱਚ ਅਸੀਂ ਬਸ ਰਹੇ ਹਾਂ ਸਾਰੀ ਦੁਨੀਆ ਦੇ ਵਿੱਚ ਜੇ 크ਿਸਚੀਅਨਟੀ ਦਾ ਇਤਿਹਾਸ ਦੇਖਿਆ ਜਾਏ ਤੇ ਇੰਨੇ ਸਾਡੇ ਸ਼ਹੀਦ ਹੋ ਚੁੱਕੇ ਨੇ ਇਹਨਾਂ ਨੂੰ ਜ਼ਰੂਰੀ ਹੈ ਇਤਿਹਾਸ ਫੋਲਣਾ ਸਾਨੂੰ ਸਾਡੇ ਇਤਿਹਾਸ ਦਾ ਰੌਲਾ ਪਾਉਣ ਦੀ ਆਦਤ ਨਹੀਂ ਹੈ ਵੀ ਸਾਡਾ ਫਲਾਨਾ ਮਾਰਿਆ ਗਿਆ ਸਾਡਾ ਠਮਕਾ ਮਾਰਿਆ ਗਿਆ ਸਾਨੂੰ ਨਹੀਂ ਆਦਤ ਅਸੀਂ ਨਾ ਹੀ ਉਹ ਗੱਲ ਕਰਦੇ ਹਾਂ ਕਿਉਂਕਿ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਪਿਆਰ ਸ਼ਾਂਤੀ ਤੇ ਮਾਫੀ ਦਾ ਹੀ ਵਚਨ ਸੁਣਾਉਣ ਦੇ ਲਈ ਕਿਹਾ ਤੇ ਉਹੀ ਪ੍ਰਚਾਰ ਕਰਨ ਦੇ ਲਈ ਕਿਹਾ ਆ ਬਾਕੀ ਗੱਲ ਹਰ ਇੱਕ ਧਰਮ ਦੀ ਆਪਣੀ ਆਪਣੀ ਆਸਥਾ ਹੁੰਦੀ ਹੈ ਕਿ ਉਹਨੇ ਕਿਸ ਤਰ੍ਹਾਂ ਪ੍ਰਚਾਰ ਕਰਨਾ ਕਿਦਾਂ ਪ੍ਰਚਾਰ ਕਰਨਾ ਉਹ ਨੱਚ ਕੇ ਪ੍ਰਚਾਰ ਕਰਨ ਉਹ ਟੱਪ ਕੇ ਪ੍ਰਚਾਰ ਕਰਨ ਉਹ ਲੰਮੇ ਪੈ ਕੇ ਪ੍ਰਚਾਰ ਕਰਨ ਇਹਦਾ ਕਿਸੇ ਨੂੰ ਵੀ ਇਤਰਾਜ਼ ਤੇ ਵਿਰੋਧ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਪੰਜਾਬ ਸਰਕਾਰ ਜਲਦੀ ਇਦਾਂ ਦੀ ਬੋਲਬਾਨੀ ਨੂੰ ਤੇ ਚੁੱਪੀ ਲਾਵੇ ਨਹੀਂ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਇਦਾਂ ਦੇ ਕੱਟੜਪੰਤੀ ਲੋਕਾਂ ਦਾ ਬਹੁਤ ਵੱਡਾ ਹੱਥ ਹੋਏਗਾ ਕਿਉਂਕਿ ਇਹ ਚਾਹਦੇ ਆ ਕਿ ਪੰਜਾਬ ਦੇ ਵਿੱਚ ਸੰਪਰਦਾਇਕ ਦੰਗੇ ਹੋਣ ਪਰ ਪ੍ਰਭੂ ਦੀ ਕੌਮ ਪ੍ਰਭੂ ਦੀ ਇਸਾਈ ਕੌਮ ਕਦੀ ਨਹੀਂ ਚਾਹੇਗੀ ਜੇ ਅਸੀਂ ਪ੍ਰੋਟੈਸਟ ਕਰਾਂਗੇ ਸ਼ਾਂਤੀ ਨਾਲ ਪ੍ਰੋਟੈਸਟ ਕਰਾਂਗੇ ਤੇ ਸ਼ਾਂਤੀ ਨਾਲ ਹੀ ਆਪਣੀ ਸਰਕਾਰ ਨੂੰ ਮੰਗ ਰੱਖਾਂਗੇ ਜਲਦ ਹੀ ਅਸੀਂ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਾਂਗੇ ਤੇ ਸਾਡੀ ਅੱਜ ਕਮੇਟੀ ਨੇ ਇੱਕ ਮੰਗ ਪੱਤਰ ਦੇ ਹੱਥੀ ਨੂੰ ਅਤੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਕਿ ਇਹਨਾਂ ਤੇ ਐਫਆਈਆਰ ਕੀਤੀ ਜਾਏ ਕਿਉਂਕਿ ਜੋ ਬਿਆਨਬਾਜ਼ੀ ਇਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਦੇ ਖਾਰੇ ਦਿੱਤੀ ਹੈ ਉਹਦੇ ਨਾਲ ਸਾਡਾ ਸਾਰੀ ਕਮਿਊਨਿਟੀ ਦੇ ਵਿੱਚ ਰੋਸ ਹੈ ਤੇ ਜਲਦ ਤੋਂ ਜਲਦ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹਦੇ ਨਾਲ ਇੱਥੇ ਭਾਈਚਾਰਕ ਇੱਕ ਸਾਜ ਬਣੀ ਰਵੇ